ਇੰਸਟੀਚਿਊਟ ਪਟਿਆਲਾ ਤੋਂ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਇਸ ਵੀਡੀਓ ਦੇ ਵਿੱਚ ਇਸ ਲਈ ਲਾਈਵ ਹੋਈ ਹਾਂ ਕਿ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਮੈਸੇਜ ਤੁਹਾਡੇ ਤੱਕ ਮੈਂ ਪਹੁੰਚਾ ਸਕਾਂ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਫਟਰ ਪਲੱਸ ਟੂ ਸਟੂਡੈਂਟਸ ਦੇ ਮਾਇੰਡ ਦੇ ਵਿੱਚ ਐਂਡ ਨਾਲ ਹੀ ਨਾਲ ਉਹਨਾਂ ਦੇ ਪੇਰੈਂਟਸ ਦੇ ਮਾਇੰਡ ਦੇ ਵਿੱਚ ਇੱਕ ਬਹੁਤ ਬੜਾ ਕੁਸ਼ਚਨ ਮਾਰਕ ਹੁੰਦਾ ਕਿ ਆਫਟਰ ਪਲੱਸ ਟੂ ਕੀ ਜੁਆਇਨ ਕੀਤਾ ਜਾਏ ਜਾਂ ਕੀ ਉਹਨਾਂ ਦੇ ਬੱਚਿਆਂ ਨੂੰ ਜੁਆਇਨ ਕਰਵਾਇਆ ਜਾਏ ਜੋ ਉਹਨਾਂ ਦੇ ਫਿਊਚਰ ਨੂੰ ਬ੍ਰਾਈਟ ਕਰ ਸਕੇ। ਤਾਂ ਅਸੀਂ ਇਸ ਕੋਮਨ ਜਿਹੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਲਿਆਮ ਇੰਸਟੀਚਿਊਟ ਦੇ ਵਿੱਚ ਅਸੀਂ ਇੱਕ ਅਜਿਹਾ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਨੂੰ ਕਿ ਪਲੱਸ ਟੂ ਗ੍ਰੈਜੂਏਸ਼ਨ ਜਾਂ ਕੋਈ ਵੀ ਡਿਗਰੀ ਕਰਨ ਤੋਂ ਬਾਅਦ ਸਟੂਡੈਂਟ ਜੁਆਇਨ ਕਰ ਸਕਦੇ ਨੇ। ਇੱਕ ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਕੋਰਸ ਉਹ ਕਰਨਗੇ। ਇਸ ਕੋਰਸ ਦਾ ਨਾਮ ਡਿਪਲੋਮਾ ਲੇਜ਼ਰ ਟੈਕਨੀਸ਼ੀਅਨ ਕੋਰਸ ਹੈ। ਇਸ ਕੋਰਸ ਦੇ ਵਿੱਚ ਉਹਨਾਂ ਨੂੰ ਲੇਜ਼ਰਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਕਿ ਲੇਜ਼ਰ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ, ਡਿਫਰੈਂਟ ਡਿਫਰੈਂਟ ਟਾਈਪ ਦੇ ਲੇਜ਼ਰਸ ਉਹਨਾਂ ਨੂੰ ਦੱਸੇ ਜਾਣਗੇ, ਉਹਨਾਂ ਦੇ ਇਫੈਕਟਸ, ਉਹਨਾਂ ਦੇ ਸਾਈਡ ਇਫੈਕਟਸ ਕਿਸ ਤਰੀਕੇ ਨਾਲ, ਮਤਲਬ ਪ੍ਰੋਪਰ ਇਸ ਤਰ੍ਹਾਂ ਦੀ ਨੌਲੇਜ ਦਿੱਤੀ ਜਾਊਗੀ ਕਿ ਇਸ ਕੋਰਸ ਤੋਂ ਬਾਅਦ ਉਹ ਲੇਜ਼ਰਸ ਨੂੰ ਯੂਜ਼ ਕਰਨ ਦੇ ਯੋਗ ਹੋ ਸਕਦੇ ਹਨ। ਇਸ ਕੋਰਸ ਦੇ ਵਿੱਚ ਜਿਹੜਾ ਉਹਨਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਊਗਾ ਉਹ ਬਕਾਇਦਾ BPPS ਤੋਂ ਅਪਰੂਵਡ ਹੋਊਗਾ, ਤਾਂ ਕਿ ਜਦੋਂ ਵੀ ਉਹ ਇਸ ਸਰਟੀਫਿਕੇਟ ਨੂੰ ਲੈ ਕੇ ਕਿਸੇ ਅੱਛੇ ਡਰਮਾਟੋਲੋਜਿਸਟ ਕੋਲ ਜਾਂ ਸਕਿਨ ਸਪੈਸ਼ਲਿਸਟ ਕੋਲ ਜਾਂ ਪਲਾਸਟਿਕ ਸਰਜਨ ਕੋਲ ਜੋਬ ਦੇ ਲਈ ਜੁਆਇਨ ਕਰਨਗੇ ਤਾਂ ਇਹ ਜਿਹੜਾ ਸਰਟੀਫਿਕੇਟ ਹੈ ਗਵਰਨਮੈਂਟ ਅਪਰੂਵਡ ਹੋਊਗਾ ਜੋ ਕਿ ਉਹਨਾਂ ਦੀ ਬਹੁਤ ਹੈਲਪ ਕਰੂਗਾ ਉਹਨਾਂ ਨੂੰ ਉੱਥੇ ਜੋਬ ਲੈਣ ਦੇ ਲਈ। ਇਸ ਕੋਰਸ ਦੇ ਦੌਰਾਨ ਉਹਨਾਂ ਦੇ ਜੋਬ ਦੇ ਜੋ ਮੌਕੇ ਹੈ ਉਹ ਤਾਂ ਵਾਈਡ ਹੋਣਗੇ, ਨਾਲ ਹੀ ਨਾਲ ਉਹਨਾਂ ਦਾ ਜੋ ਸੈਲਰੀ ਸਕੇਲ ਹੈ ਉਹ ਬਹੁਤ ਜ਼ਿਆਦਾ ਇੰਪਰੂਵ ਹੋ ਜਾਂਦਾ ਹੈ। ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੋਰਸ ਨੂੰ ਕਰਨ ਨਾਲ ਪਲੱਸ ਟੂ ਤੋਂ ਬਾਅਦ ਤੁਸੀਂ ਡਾਇਰੈਕਟਲੀ ਕਿਸੇ ਲੇਜ਼ਰ ਟੈਕਨੀਸ਼ੀਅਨ ਨੂੰ ਜਾਂ ਕਿਸੇ ਲੇਜ਼ਰ ਦੇ ਜਿਹੜੇ ਹੋਸਪਿਟਲਸ ਨੂੰ ਨਹੀਂ ਜੁਆਇਨ ਕਰ ਸਕਦੇ, ਇਟਸ ਅ ਡਿਫਰੈਂਟ ਲਾਈਨ। ਤਾਂ ਪਲੱਸ ਟੂ ਤੋਂ ਬਾਅਦ ਹੀ ਇਹ ਕੋਰਸ ਕਰਕੇ ਤੁਸੀਂ ਇੱਕ ਅਲੱਗ ਲਾਈਨ ਦੇ ਵਿੱਚ ਜਾ ਕੇ ਆਪਣਾ ਫਿਊਚਰ ਬਣਾ ਸਕਦੇ ਹੋ, ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਅੱਜ ਦੇ ਟਾਈਮ ਦੇ ਵਿੱਚ ਲੇਜ਼ਰ ਦੀ ਜਿਹੜੀ ਟੈਕਨੋਲੋਜੀ ਹੈ ਜਾਂ ਲੇਜ਼ਰ ਦੀ ਜੋ ਟ੍ਰੀਟਮੈਂਟ ਹੈ ਇਹ ਹਰ ਕਿਸੇ ਨੂੰ ਇਸ ਬਾਰੇ ਨੌਲੇਜ ਹੈ, ਔਰ ਕੋਈ ਵੀ ਆਮ ਬੰਦਾ ਵੀ ਇਸ ਚੀਜ਼ ਨੂੰ ਅਪਣਾਉਣ ਤੋਂ ਪਿੱਛੇ ਨਹੀਂ ਹਟਦਾ। ਕਿਉਂਕਿ ਹੁਣ ਕਹਿ ਲਓ ਕਿ ਪਹਿਲਾਂ ਦੇ ਟਾਈਮ ਨਾਲੋਂ ਲੇਜ਼ਰਸ ਬਹੁਤ ਜ਼ਿਆਦਾ ਯੂਜ਼ ਹੋ ਰਹੇ ਨੇ, ਤਾਂ ਆਮ ਲੋਕਾਂ ਨੂੰ ਵੀ ਪਤਾ ਕਿ ਹਾਂ ਇਸਦੇ ਕੋਈ ਸਾਈਡ ਇਫੈਕਟ ਨਹੀਂ ਹੈ ਅਗਰ ਇਹਨਾਂ ਨੂੰ ਇੱਕ ਅੱਛੀ ਨੌਲੇਜ ਦੇ ਨਾਲ ਇੱਕ ਇਸ ਤਰੀਕੇ ਨਾਲ ਯੂਜ਼ ਕੀਤਾ ਜਾਏ ਕਿ ਜਿਸ ਪ੍ਰੋਬਲਮ ਲਈ ਇਹ ਬਣੇ ਹੈ, ਹੈ ਨਾ। ਤਾਂ ਉਹ ਚੀਜ਼ ਉਹੀ ਲੋਕ ਕਰ ਸਕਦੇ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਹੋਊਗੀ। ਤਾਂ ਇਸ ਚੀਜ਼ ਦੀ ਨੌਲੇਜ ਦੇਣ ਦੇ ਨਾਲ ਨਾਲ ਬਕਾਇਦਾ ਅਸੀਂ ਸਟੂਡੈਂਟ ਨੂੰ ਸਰਟੀਫਿਕੇਟ ਪ੍ਰੋਵਾਈਡ ਕਰਾਂਗੇ।